ਕਾਹ ਦਾ ਤੇਰੇ ਅੱਕਿਆ ਪਿਆ ਮੈਂ, ਠੀਕ ਹੈ ਨਾ, ਹਾਂ ਮਾਰ ਦੀਆਂ ਕਦੇ ਗੱਲ ਗਲੋ ਰਹੀਆਂ ਜੀ, ਹੱਥ ਫੜ ਲਾ ਸੁੱਡ ਲੈ ਕੈਨੇਡਾ ਇਹ, ਹਾਂ ਮੈਂ ਨਹੀਂ ਫੜਦੀ ਗਈ, ਫੜਦੀ ਨਹੀਂ ਹੱਥ, ਹਾਂ ਠੀਕ ਹੈ ਨਾ, ਉਹੀ ਕਰੀ ਮੇਰੀ ਮੇਰੀ ਗੱਲ ਸੁਣ, ਚਿੱਟੇ ਪਾ ਲੈਣਾਗਾ, ਹਾਂ ਕੰਮ ਕੌਣ ਕਰੂਗਾ ਕੈਨੇਡਾ ਇਹ, ਹਾਂ ਹਾਂ ਕੰਮ ਕੀ ਕਰਾਂ, ਆਹ ਕੋਠੀ ਵੀ ਲੈਣ ਵਾਲੀ ਪਈ ਆ ਹਜੇ ਆਪਣੀ, ਕਰ ਕਿਰਾਏ ਤੇ ਬੈਠੇ ਆਂਗੇ, ਉਹ ਲੈ ਲਾਂਗੇ ਹੌਲੀ ਹੌਲੀ, ਐ ਤਾਂ ਕੋਈ ਟੂਮ ਟੱਲਾ ਵੀ ਨਹੀਂ ਬਣਾ ਕੇ ਦਿੱਤਾ ਮੈਨੂੰ, ਲੈ ਟੂਮ ਟੱਲਾ ਤੈਨੂੰ ਕਿੱਥੋਂ ਬਣਾ ਦੇ, ਇੰਡੀਆ ਚੋਂ ਬਣਾ ਕੇ ਤਾਂ ਲਿਆ ਕੇ ਦਿੱਤਾ ਤੈਨੂੰ, ਹੁਣ ਜਵਾਕਾਂ ਦੇ ਖਰਚੇ ਕੌਣ ਚੱਕੂਗਾ, ਕਿੱਥੋਂ ਚੱਕੂ, ਹੁਣ ਮੈਂ ਕੀ ਕਰਾਂ, ਕੰਮ ਨਹੀਂ ਮਿਲਦਾ, ਟਰੱਕ ਦਾ ਲਾਇਸੈਂਸ ਲਿਆ $7,000 ਉਧਰ ਲਾਇਆ, ਜਦੋਂ ਟਰੱਕ ਵਾਲੇ ਨੂੰ ਪੁੱਛਿਆ ਉਹ ਕਹਿੰਦਾ ਅਮਰੀਕਾ ਦਾ ਵੀਜ਼ਾ ਹੈ ਗਿਆ, ਮੈਂ ਕਿਹਾ ਹੈ ਹੀ ਨਹੀਂ, ਫਿਰ ਕਹਿੰਦਾ ਵੀ ਜੀ ਅਮਰੀਕਾ ਦਾ ਵੀਜ਼ਾ ਨਹੀਂ ਗਾ, ਕੰਮ ਨਹੀਂ ਮਿਲਦਾ, ਜਿੱਥੇ ਜਾਣਾ ਮੇਰਾ ਸਾਲਾ ਕੰਮ ਨਹੀਂ ਮਿਲਦਾ, ਕਰਾਂ ਕੀ, ਉਹ ਤਾਂ ਮੈਨੂੰ ਕਹਿੰਦਾ ਲੈਂਬਰਗਿਨੀ ਲਵਾਂਗੇ ਉੱਥੇ ਜਾ ਕੇ, ਉੱਥੇ ਜਾ ਕੇ ਰੈਂਗਲਰ ਦੇਵਾਂਗੇ ਆਪਾਂ, ਹਾਂ ਲੈਤਾ ਟੱਟੂ ਇੱਥੇ ਆ ਕੇ, ਲੈਤਾ ਟੱਟੂ ਲੈਤਾ, ਨਾਲੇ ਗੱਲ ਸੁਣ, ਉੱਥੇ ਤਾਂ ਐਂ ਲੱਗਦਾ ਸੀ ਇੰਡੀਆ 'ਚੋਂ ਜਦੋਂ ਕੈਨੇਡਾ ਨਹੀਂ ਆਏ ਸੀ ਵੀ ਉੱਥੇ ਰੈਂਗਲਰ, ਜਦੋਂ ਏਅਰਪੋਰਟ ਤੋਂ ਉਤਰਾਂਗੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਕੋਲੇ ਖੜੇ ਹੋਣੇ ਏਜੰਸੀਆਂ ਵਾਲੇ, ਆਹ ਫੜੋ ਚਾਬੀ, ਨਾਲ ਘਰ ਵਿਹਲਾ ਖਾਣ ਨੂੰ ਨਹੀਂ, ਉੱਥੇ ਕੁਛ ਹੋਰ ਹੈ, ਇੱਥੇ ਕੁਛ ਹੋਰ ਹੈ, ਗਰਾਊਂਡ ਲੈਵਲ 'ਤੇ ਆ ਕੇ ਪਤਾ ਲੱਗਿਆ ਭੂਟੋ ਦੁਨੀਆ ਕਿਵੇਂ ਦੀ ਚੱਲਦੀ ਹੈ, ਹਾਂ ਜਨਾਨੀ ਨੂੰ 100 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇਗੀਆਂ ਹੁੰਦੀਆਂ ਨਾ, ਉਹ ਤਾਂ ਬੜੇ ਬੀਤ ਬਜੀਤ ਦੇ ਹੋਰ ਕਾਰ ਸੁਣਦਾ ਹੁੰਦਾ ਸੀਗਾ, ਜਿਹੜਾ ਸੋਹਣੀ ਆ ਕੈਨੇਡਾ ਵੱਲ ਕੱਢਦੇ ਆਉਣ ਦੇ ਨੀ ਗੱਲਾਂ, ਕੰਡਾ ਜਿਹੜਾ ਡਾਲਰਾਂ ਵਾਲਾ ਵੀ ਕੱਢ ਲੈਣ ਦੇ, ਕੰਡਾ ਕੰਡਾ ਤਾਂ ਇੱਥੋਂ ਨਿਕਲਿਆ ਨੀਗਾ, ਜਦੋਂ ਬੀਤ ਬਲਜੀਤ ਨੇ ਗਾਣਾ ਗਾਇਆ ਸੀ ਨਾ ਉਦੋਂ ਕੈਨੇਡਾ 'ਚ ਰਿਸੈਸ਼ਨ ਨਹੀਂ ਸੀ, ਹੁਣ ਕੈਨੇਡਾ 'ਚ ਰਿਸੈਸ਼ਨ ਆ, ਆਫਟਰ ਆਲ ਜੌਬਸ ਨਹੀਂ ਮਿਲ ਰਹੀਆਂ, ਰਿਸੈਸ਼ਨ ਕੀ ਹੁੰਦਾ ਗਾ, ਰਿਸੈਸ਼ਨ ਇਹ ਹੁੰਦਾ ਮੇਰਾ ਸਾਲਾ ਬੜਾ ਭੈੜਾ, ਰਿਸੈਸ਼ਨ ਤੇ ਬੁਢੇਪਾ ਤਾਂ ਬੰਦੇ ਤੇ ਕਦੇ ਨਾ ਆਵੇ, ਠੀਕ ਹੈ ਨਾ, ਜਿਵੇਂ ਬੁਢੇਪਾ ਆਹੀ ਤੁਰਿਆ ਜਾਂਦਾ ਆਹੀ ਤੁਰਿਆ ਜਾਂਦਾ, ਵੀ ਰਿਸੈਸ਼ਨ ਮੇਰਾ ਸਾਲਾ ਆਹੀ ਤੁਰਿਆ ਜਾਂਦਾ, ਮਤਲਬ ਇਹ ਹੈ ਕੰਮ ਨਹੀਂ ਮਿਲਦਾ, ਕੰਮ ਜਮਾਂ ਸਲੋ ਹੋ ਜਾਂਦੇ ਹੈ, ਜਿੱਥੇ $50 ਘੰਟੇ ਦੇ ਮਿਲਦੇ ਸੀ ਉੱਥੇ 5 ਵੀ ਨਹੀਂ ਦਿੰਦਾ, ਕੋਈ ਆਫਟਰ ਆਲ ਨੌਕਰੀ ਹੈ ਨਹੀਂ, ਜੌਬਾਂ ਹੈ ਨਹੀਂ, ਇਹਨੂੰ ਕਹਿੰਦੇ ਆ ਰਿਸੈਸ਼ਨ, ਠੀਕ ਹੈ, ਪਰ ਇੱਕ ਗੱਲ ਆ ਭੂਟੋ, ਸਾਡੇ ਪੰਜਾਬੀ ਹੈ ਜਿਹੜੀ ਕੌਮ ਕਦੇ ਜਾਬੜਾ, ਚਾਹੇ ਰਿਸੈਸ਼ਨ ਦਾ ਪਿਓ ਅਜੇ ਇਹ ਡੋਲਦੀ ਨਹੀਂ ਕੌਮ, ਦੱਬਦੇ ਤਾਂ ਹੈ ਨਹੀਂ, ਦੱਬਦੇ ਤਾਂ ਹੈ ਨਹੀਂ, ਤਾਂ ਹੀ ਮੈਂ ਕਹਿੰਦਾ ਵੀ ਔਖੀ ਸੌਖੀ ਕਿਰਾਂ ਸਾਰ ਲੈ, ਤੈਨੂੰ ਸਾਰਾ ਕੁਛ ਲੈ ਦੂੰ, ਠੀਕ ਹੈ ਨਾ, ਤੂੰ ਵੇਖ ਮੈਂ ਕੰਮ ਕਰਕੇ ਤੇਰਾ ਢਿੱਡ ਤੇ ਜਵਾਕਾਂ ਦਾ ਤਾਂ ਪਾਲ ਹੀ ਰਿਹਾ ਨਾ, ਖਰਚੇ ਪਰਚੇ ਨਿਕਲ ਰਹੇ, ਤੂੰ ਇਹ ਰੱਬ ਦਾ ਸ਼ੁਕਰ ਮਨਾ, ਆ ਜਾ ਉੱਥੇ ਟਹਿਲੀ ਥੱਲੇ ਬੈਠੀ ਮਾਰਦੀ, ਆ ਦੇਖੀ ਗੱਲ ਸੁਣ, ਮੈਂ ਤੈਨੂੰ ਹੈ ਇਹਨੂੰ ਕਹਿੰਦੇ ਰਹਿ ਕੇ ਲੈ ਜੇ, ਇਹ ਵੀ ਆਪਾਂ ਵੀ ਲੈ ਕੇ ਦੇਵਾਂਗਾ ਤੈਨੂੰ, ਹੋਰ ਮੇਰੇ ਸਾਲੇ ਦੀ ਚਲਾਇਆ ਕਰੇਗੀ, ਠੀਕ ਹੈ, ਨਾਲੇ ਪੜ੍ਹ ਲਾ ਕੇ ਲਾਇਸੈਂਸ ਲੈ ਲਾ, ਔਖੇ ਸੌਖੇ ਲੈ ਲਾਂਗੇ, ਇਹ ਆ ਜਾ ਇੱਥੇ ਬੈਠ ਜਾ ਦਰਖਤ ਥੱਲੇ ਮੇਰੇ ਸਾਲੇ ਦਾ, ਠੀਕ ਹੈ ਨਾ, ਆਫਟਰ ਆਲ ਕਾਹਦੀਆਂ ਗੱਲਾਂ ਕਾਹਦੀਆਂ ਬਾਤਾਂ, ਹਾਂ ਮੇਰਾ ਸਾਲਿਆ ਕਿੰਨੀ ਦੁਨੀਆਂ ਇੱਧਰ ਖਿੱਚੀ ਫਿਰਦੇ ਆ ਮੇਰੇ ਸਾਲੇ, ਹੈ ਨਾ, ਗੱਲ ਸੁਣ, ਜਵਾਕਾਂ ਨੂੰ ਆਪਾਂ ਪਾਇਲਟ ਬਣਾਵਾਂਗੇ, ਆਫਟਰ ਆਲ ਆਪਾਂ ਮੁਕਤੀ ਆਇਆ ਕਰਾਂਗੇ ਮੂਹਰੇ ਬਹਿ ਕੇ, ਤੇ ਕੁੜੀ ਨੂੰ ਤਾਂ ਮੈਂ ਇਹੋ ਬਣਾਉਂਗੀ ਨਰਸ, ਨਰਸ ਬਣਾਉਂਗੀ, ਠੀਕ ਹੈ, ਵਧੀਆ ਵਧੀਆ, ਡਾਕਟਰ ਨਾ ਮੇਰੀ ਗੱਲ ਸੁਣ, ਅੱਜ ਆਹ ਚਿੱਟਾ ਕੁੜਤਾ ਚਾਦਰਾ ਜਿਹਾ ਕਿਉਂ ਪਾਲਿਆ, ਅੱਜ ਤੂੰ ਵੀ ਮੇਰੇ ਸਾਲੇ ਦਾ ਦਿਮਾਗ ਕਿੱਥੇ, ਅੱਜ ਕੈਨੇਡਾ ਡੇ ਹੈ, ਹਾਂ ਕੈਨੇਡਾ ਡੇ ਕੀ ਹੁੰਦਾ, ਜਿਵੇਂ ਆਪਣੇ ਨਹੀਂ 15 ਅਗਸਤ ਹੁੰਦਾ ਉਵੇਂ ਕੈਨੇਡਾ ਡੇ 15 ਅਗਸਤ ਹੁੰਦਾ ਇਹਨਾਂ ਦੇ, ਸਾਰੀ ਦੁਨੀਆਂ ਨੂੰ ਵਧਾਈਆਂ ਦਿੰਦੇ ਅਗਲੇ ਵੀ ਕੈਨੇਡਾ ਡੇ ਦੀਆਂ ਮੁਬਾਰਕਾਂ, ਤੈਨੂੰ ਨਹੀਂ ਪਤਾ, ਉਦੋਂ ਪੜ੍ਹ ਲਿਖ ਲੈਂਦੀ ਵਿਚੋਲਾ, ਕਹਿੰਦਾ ਕੁੜੀ 10 ਪੜ੍ਹੀ ਆ, ਬਾਅਦ ਚ ਪਤਾ ਲੱਗਿਆ ਮੇਰੇ ਸਾਲੇ ਦੀ ਸ਼ਗਨ ਨੇਚਰ ਵੀ ਨਹੀਂ ਕਰਨੇ ਆਉਂਦੇ, 10 ਪੜ੍ਹੀਆਂ ਮੈਂ, ਪੜ੍ਹੀਆਂ ਕਹਿ ਕੇ ਰਿਸ਼ਤਾ ਲੈਤਾ ਸੀ, ਗੱਲ ਸੁਣ ਚੱਲੀਏ ਘਰ ਨੂੰ, ਚੱਲ ਹੋਰ ਕਰ ਮਾੜਾ ਮੋਟਾ ਆ ਜਾ।
ਆ ਜਾ ਕਰ ਮਾੜਾ ਜਿਹਾ ਹੱਥ ਜਿਹਾ ਪੜ ਲਿਆ, ਫਿਰ ਮਾੜਾ ਜਿਹਾ ਫੈਸ਼ਨ ਜਿਹਾ ਕਰਨਗੇ ਮੇਰੇ ਛਾਲੇ ਦੀਗੇ ਕੁਛ ਨੀ ਹੁੰਦਾ। ਵੜਦੀ ਤੁੜੀ ਜਾਂਦੀ ਆ ਮੇਰੇ ਸ਼ਿਆਰ ਕੜੇ ਦੀ। ਹੈਲੋ, ਹਾਂ ਕਿਵੇਂ ਭਾਨਾ ਬੋਲ ਰਿਹਾ? ਵਧੀਆ ਵਧੀਆ, ਬਸ ਨਜ਼ਾਰੇ ਲੈ ਰਹੇ ਹਾਂ ਕਨੇਡਾ ਦੇ ਵਿੱਚ, ਠੀਕ ਹੈ ਨਾ। ਮੌਸਮ ਵਧੀਆ, ਠੰਡ ਲੱਗ ਰਹੀ ਹੈ, ਪੈਗ ਚੱਲ ਰਹੇ ਹੈ। ਹਾਂ ਮੈਂ ਸੋਚ ਰਿਹਾ ਯਾਰ, ਮੈਂ ਨਾ ਵੀ ਲੈਂਬਰ ਕਿੰਨੀ ਲਿਆਉਣ ਬਾਰੇ ਸੋਚ ਰਿਹਾ। ਇੱਕ ਰੈਂਗਲਰ ਰੱਖੀ ਹੈ, ਇੱਕ ਪਿੱਕਾ ਰੱਖਿਆ, ਨਿਕੜ ਸੁੱਕੜ ਕਾਫੀ ਲਈ ਬੈਠਾ ਆਫਟਰਆਲ। ਇਹ ਮਾੜਾ ਜਿਹਾ ਕੁਝ ਖਾਣ ਨੂੰ ਲਿਆਈ ਸੁੱਟ ਲਿਆ। ਹਾਂ ਬਸ ਚੱਲੀ ਜਾਂਦਾ ਯਾਰ, ਗੱਲ ਸੁਣ, ਨੋਟਾਂ ਦੇ ਨੋਟ ਆਪਣੇ ਕੋਲ ਤੇਰੀ ਕਿਹਾ ਡਾਲਰ, $100 ਤੋਂ ਘੱਟ ਆਪਾਂ ਜੇਬ 'ਚ ਨਹੀਂ ਰੱਖਦੇ। ਹਾਂ ਕੀ? ਨਹੀਂ ਹੁਣ ਨਹੀਂ, ਮੈਂ ਤੈਨੂੰ ਭੇਜ ਦਿੰਦਾ ਜ਼ਰੂਰ। ਇੱਥੇ ਰਿਸੈਸ਼ਨ ਚੱਲ ਰਿਹਾ, ਮੈਂ ਜਿਹੜੀ ਸੋਡਲੇ ਹੋਲਡ ਕਰੀ, ਸੋਡਲੇ ਸੋਡਲੇ ਬੇਅਕਲ ਜਨਾਨੀਏ, ਦਾਰੂ ਨਾਲ ਕੇਲਾ ਕੌਣ ਖਾਂਦਾ? ਘੱਟ ਡੱਫ ਲਿਆ ਕਰ, ਠੀਕ ਆ, ਕੋਈ ਨਾ ਖਾ ਲਾ ਕੇਲਾ। ਐਪਲ ਲਿਆ ਕੇ ਦੇ, ਐਪਲ ਲਿਆ ਕੇ ਦੇ। ਹਾਂ ਉਹ ਭਾਬੀ ਸੀ ਤੇਰੀ, ਨਹੀਂ ਮੈਂ ਤੈਨੂੰ ਡਾਲਰ ਦੀ ਜਿਹੜੀ ਗੱਲ ਸੁਣਾ ਰਿਹਾ ਨਾ, ਇਹ ਪਹਿਲਾਂ ਸੁਣਾ ਰਿਹਾ, 2-4 ਸਾਲ ਨਹੀਂ ਕੱਟ ਲੈਂਦੀ ਇਹਨੂੰ, ਕੱਟ ਲੈਂਦੀ ਕੱਟ ਲਾਪ। ਉਦੋਂ ਦੀ ਗੱਲ ਕਰ ਰਿਹਾ ਵੀ ਉਦੋਂ ਆਪਣੇ ਕੋਲ ਗੱਡੀਆਂ ਵੀ ਸੀ, ਸਾਰਾ ਕੁਛ ਸੀ, ਹੁਣ ਤਾਂ ਰਿਸੈਸਰ ਚੱਲ ਰਿਹਾ। ਨਹੀਂ ਤੈਨੂੰ ਪੈਸੇ ਮੈਂ ਜ਼ਰੂਰ ਭੇਜ ਦਿੰਦਾ। ਮੇਰਾ ਸਾਲਾ ਫੋਨ ਕੱਟ ਗਿਆ, ਮੇਰਾ ਸਾਲਾ। ਤੈਨੂੰ ਕਿੰਨੇ ਸੰਬਾਰੀ ਸਮਝਾਇਆ ਵੀ ਪੈਗ ਲਾ ਕੇ ਇੰਡੀਆ ਫੋਨ ਨਾ ਲਾਇਆ ਕਰ, ਫੜਫੂਲੀਆਂ ਮਾਰਨ ਲੱਗ ਜਾਂਦਾ। ਮੇਰੀ ਗੱਲ ਸੁਣ, ਇਹਨਾਂ ਫੜਫੂਲੀਆਂ ਨੇ ਤਾਂ ਇੰਡੀਆ ਵਾਲੇ ਪੱਟੇ ਆ, ਜੇ ਫੜਫੂਲੀਆਂ ਨਾ ਮਾਰਦੇ ਅਗਲਾ ਹੋ ਸਕਦਾ ਪੰਜਾਬ 'ਚ ਰਹਿਣ ਬਾਰੇ ਸੋਚਦਾ। ਜਦੋਂ ਆਪਾਂ ਕਹਿੰਦੇ ਹਾਂ ਇੱਥੇ ਵੱਡੀਆਂ ਵੱਡੀਆਂ ਗੱਡੀਆਂ ਡਾਲਰਾਂ ਨਾਲ ਜੇਬ ਭਰੀ ਰਹਿੰਦੀ ਹੈ, ਫਿਰ ਉਹਨਾਂ ਦੇ ਮਨ 'ਚ ਲਾਲਚ ਜਾਗਦਾ ਵੀ ਅਸੀਂ ਵੀ ਕਨੇਡਾ ਜਾਈਏ, ਅਸੀਂ ਵੀ ਗੱਡੀਆਂ ਵੱਡੀਆਂ ਵੱਡੀਆਂ ਰੱਖੀਏ, ਡਾਲਰਾਂ ਨਾਲ ਜੇਬ ਭਰੀਏ। ਜੇ ਉਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਨਾ, ਆਪਾਂ ਦੱਸਦੇ ਹਾਂ ਵੀ ਕਨੇਡਾ ਦੇ ਵਿੱਚ ਭਾਈ ਹਾਰਡ ਵਰਕ ਹੈ, ਕੰਮ ਕਰਨਾ ਪੈਂਦਾ, ਅਤੇ ਫਿਰ ਮੇਰੇ ਸਾਰਕੜੇ ਕਹਿੰਦੇ ਆ ਤੁਸੀਂ ਕੀ ਉੱਥੇ ਕੀ ਕਰਨ ਗਏ ਹੋ, ਫਿਰ ਤੁਸੀਂ ਕਿਉਂ ਗਏ ਆ ਕਨੇਡਾ? ਇਸ ਕਰਕੇ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਆਪਾਂ ਕਹਾਂਗੇ ਉਹ ਇੱਥੇ ਆਉਣਗੇ, ਫਿਰ ਕਹਿਣਗੇ ਦੱਸਿਆ ਕਿਉਂ ਨਹੀਂ ਇੱਥੇ ਔਖਾ, ਅਸੀਂ ਕਿੱਧਰ ਜਾਈਏ ਕਨੇਡਾ ਨਿਵਾਸੀ? ਜੇ ਕਹਿੰਦੇ ਓਏ ਨਾ ਉਹ ਪੰਜਾਬ ਸਾਂਭ ਲਓ, ਫਿਰ ਕਹਿੰਦੇ ਨਹੀਂ ਅਜੇ ਕਨੇਡਾ ਆਉਣਾ। ਜੇ ਕਨੇਡਾ ਆ ਕੇ ਦੇਖਦੇ ਇੱਥੋਂ ਦੇ ਹਾਲਾਤ, ਰਿਸੈਸ਼ਨ ਚੱਲ ਰਿਹਾ, ਚੱਲ ਨਿਕਲ ਜੂਗਾ ਕੋਈ ਗੱਲ ਨਹੀਂ, ਫਿਰ ਕਹਿੰਦੇ ਸਾਡੇ ਔਖਾ। ਹੁਣ ਦੱਸ, ਮੈਂ ਤੈਨੂੰ ਆਈ ਸਮਝਾਉਣੀ ਆ ਵੀ ਘੱਟ ਪੀ ਲਿਆ ਕਰ, ਸ਼ਰਮ ਚਾਹੀਦੀ ਆ ਤੈਨੂੰ। ਉਹ ਕੋਈ ਨਹੀਂ, ਵੀਕਐਂਡ ਆ ਹੁਣ, ਠੀਕ ਹੈ ਨਾ, ਕਨੇਡਾ ਦੇ ਵੀ ਖੁਸ਼ੀਆਂ ਮਨਾ ਰਹੇ, ਕਮਾਈ ਹੈ ਨਹੀਂ ਕਾਸੇ ਚੋਂ, ਹੁਣ ਕਿੱਥੋਂ ਨਿਕਲਦਾ? ਮੈਂ ਦਾਰੂ ਪੀ ਕੇ ਸਿੱਤਰ ਕਰਨਾ, ਮੈਂ ਬਸ 15 ਮਿੰਟਾਂ 'ਚ ਕਿਸੇ ਨਾਲ ਪੰਗਾ ਲੈ ਕੇ ਸਿੱਤਰ ਖਾ ਕੇ ਆ ਗਿਆ। ਬਸ ਤੂੰ ਬੈਠ, ਮੈਂ ਸਿੱਤਰ ਖਾ ਕੇ ਬੈਠ ਘਰੇ।
ਨਹੀਂ ਮੈਂ ਸਿੱਤਰ ਖਾਧੇ ਬਿਨਾਂ ਨੀਂਦ ਨਹੀਂ ਆਉਂਦੀ, ਮੈਂ ਸਿੱਤਰ ਖਾ ਕੇ ਆਇਆ।